ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ। ਗਿੱਦੜਬਾਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੂਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਾਹਿਬ ਗਿੱਦੜਬਾਹਾ ਛਾਉਣੀ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ ਮੁੱਖ ਸੇਵਾਦਾਰ ਬਾਬਾ ਜੱਸਾ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਦਸਵੀਂ ਪਾਤਸ਼ਾਹੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਨਾਲ ਸਜਾਈ ਗਈ ਬਹੁਤ ਹੀ ਸੁੰਦਰ ਪਾਲਕੀ ਵਿੱਚ ਸ਼ੋਭਿਤ ਸਨ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਢਾਣੀ ਡੋਲਾ ਰੋਡ, ਦੰਦੀਵਾਲਾ ਪੱਤੀ, ਕਿੰਗਰਾ ਪੱਤੀ, ਵੱਡੀ ਸੱਥ, ਪਿਓਰੀ ਰੋਡ, ਪੁਰਾਣਾ ਰਾਹ, ਲੂਲਾਬਾਈ ਰੋਡ, ਨੱਥਾ ਵਾਲਾ ਖੂਹ, ਮਾਨ ਪੱਤੀ ਵਿੱਚੋਂ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਭਾਈ ਮੱਖਣ ਸਿੰਘ ਮੌਜੀ ਦੇ ਢਾਡੀ ਜੱਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਸੇਵਾ ਮਾਧੋਦਾਸ ਸਿੰਘ ਖਾਲਸਾ ਨੇ ਨਿਭਾਈ। ਨਗਰ ਕੀਰਤਨ ਵਿੱਚ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ। ਰਣਜੀਤ ਗੱਤਕਾ ਅਖਾੜਾ ਵੱਲੋਂ ਖਾਲਾਸ਼ੀ ਰਵਾਇਤ ਅਨੁਸਾਰ ਗੱਤਕੇ ਅਤੇ ਮਾਰਸ਼ਲ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਇਸ ਮੌਕੇ ਅਕਾਲ ਵਿੱਦਿਆ ਸੰਸਥਾ ਵੱਲੋਂ ਮਾਤਾ ਭਗਵਾਨ ਕੌਰ ਜੀ ਦੌਲਾ ਵੀ ਹਾਜ਼ਰ ਸਨ। ਨਗਰ ਕੀਰਤਨ ਦੀ ਆਮਦ ਦੀ ਖੁਸ਼ੀ ਵਿੱਚ ਗਿੱਦੜਬਾਹਾ ਵਾਸੀਆਂ ਵੱਲੋਂ ਥਾਂ ਥਾਂ 'ਤੇ ਸਵਾਗਤੀ ਗੇਟ ਅਤੇ ਲੰਗਰ ਲਗਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਭਰਪੂਰ ਸਹਿਯੋਗ ਲਈ ਪਹੁੰਚੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵੱਲੋਂ ਛਾਉਣੀ ਨਿਹੰਗ ਸਿੰਘ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ 96 ਕਰੋੜੀ ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੱਸਾ ਸਿੰਘ ਜੀ ਤਥਾ ਸਾਰੇ ਨਗਰ ਨੇ ਰਲ ਮਿਲ ਕੇ ਇਹ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਇਹ ਗੁਰਦੁਆਰਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੋਂ ਹਰ ਸਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਅਤੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ। ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਮੁੱਖ ਮਹਾਨਤਾ ਇਹ ਹੈ ਕਿ ਬਿਨਾਂ ਕਿਸੇ ਰੌਲੇ ਰੱਪੇ ਤੋਂ ਸਿਰਫ ਅਤੇ ਸਿਰਫ ਮਾਰਸ਼ਲ ਆਰਟ ਗੱਤਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਗੱਤਕਾ ਪਾਰਟੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਚੱਲ ਕੇ ਨਗਰ ਦੇ ਵਿੱਚ ਦੀ ਹੁੰਦਿਆਂ ਹੋਇਆਂ ਸ਼ਾਮ ਤੱਕ ਪੂਰੇ ਨਗਰ ਵਿੱਚ ਦੀ ਜਾ ਕੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਜੜ੍ਹ ਦਾ ਸੁਨੇਹਾ ਦੇਵੇਗਾ। ਬਹੁਤ ਜਗ੍ਹਾ 'ਤੇ ਲੰਗਰ ਲੱਗੇ ਹਨ ਅਤੇ ਬਹੁਤ ਜਗ੍ਹਾ 'ਤੇ ਸੰਗਤਾਂ ਕੱਲ੍ਹ ਤੋਂ ਪਿਛਲੇ 15 ਦਿਨਾਂ ਤੋਂ ਸਫਾਈਆਂ ਕਰਕੇ ਪਿੰਡ ਦਾ ਜੋ ਨਗਰ ਹੈ ਇਹ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਮਨਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਗੁਰੂ ਘਰ ਵਿਖੇ 5 ਜਨਵਰੀ ਨੂੰ ਮਨਾਇਆ ਜਾਵੇਗਾ ਜੀ। ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਅਤੇ ਬੜਾ ਪਿਆਰ ਹੈ ਜੀ। ਹਰ ਘਰ ਦੇ ਵਿੱਚੋਂ ਹਰ ਜੀ ਪਹੁੰਚਿਆ, ਤੁਸੀਂ ਹੁਣ ਪਿੱਛੇ ਜਾ ਕੇ ਆਏ ਹੋ ਪਾਲਕੀ ਸਾਹਿਬ ਦੇ ਪਿੱਛੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜੋ ਇਕੱਤਰ ਹੋਈ ਹੈ ਅਤੇ ਹਜੇ ਅੱਗੇ ਜਿਵੇਂ ਜਿਵੇਂ ਸੰਗਤ ਜਾਈ ਜਾਊਗੀ ਉਵੇਂ ਉਵੇਂ ਪਿੰਡ ਸਾਰਾ ਨਾਂ ਰਲਦਾ ਜਾਊਗਾ। ਸ਼ਾਮ ਤੱਕ ਲੰਬੀ ਰੋਡ ਤੱਕ ਜਾਂਦਿਆਂ ਜਾਂਦਿਆਂ ਹਜ਼ਾਰਾਂ ਤੋਂ ਵੀ ਉੱਪਰ ਸੰਖਿਆ ਜਿਹੜੀ ਹੈ ਸੰਗਤ ਦੀ ਹੋ ਜਾਂਦੀ ਹੈ ਅਤੇ ਬੜੀ ਮਰਿਆਦਾ ਨਾਲ, ਕੋਈ ਰੌਲਾ ਰੱਪਾ ਨਹੀਂ, ਕੋਈ ਬਾਹਲੇ ਟਰੈਕਟਰ ਨਹੀਂ ਲਾਏ ਗਏ, ਕੋਈ DJ ਦਾ ਪ੍ਰੋਗਰਾਮ ਨਹੀਂ, ਕੋਈ ਅਸੀਂ ਫੌਜੀ ਬੈਂਡ ਨਹੀਂ ਰੱਖਦੇ, ਸਿਰਫ ਅਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੈਦਲ ਸੰਗਤ ਚੱਲ ਕੇ ਵਿਲੱਖਣਤਾ ਪੇਸ਼ ਕਰਦੀ ਹੋਈ ਇਹ ਨਗਰ ਕੀਰਤਨ ਸ਼ਾਮਿਲ ਹੁੰਦੀ ਹੈ।